जुगल। हाँ जी, तो एक ही गाना की नाम है, मतलब गुरदेव कौर। की गल होगी, क्यों हालात एडे माड़े हो गए करके। बच्चा फिर छो निकल आया ना, ओ खाना पै चिट्टा, तो चिट्टे का करके वो कारण फिर सारा वेग गया समान तो होना। एक वो भी घर वाले बीमार वा तो फिर साढ़ा ना इलाज ही होंगे वा, तो ना सातों छत्त ही पैदा। एक किला पैरीदा सारा साढ़े को, वो भी साडा कर्जे जा, तो ज़्यादा ही मंदा हाल वा। ਕਿੰਨੇ ਕੁ ਚਿਰ ਤੋਂ ਮੁੰਡਾ ਨਸ਼ੇ ਕਰਨ ਦਾ ਆਦੀ ਆ? ਉਹਨੂੰ ਹੋ ਗਏ 15-16 ਸਾਲ, ਤੇ 15 ਸਾਲਾਂ ਤੋਂ ਲਗਾਤਾਰ ਇਸੇ ਕੰਮ ਤੇ। ਉਸੇ ਤੇ ਹੀ ਰਿਹਾ ਉਹ, ਤੇ ਫਿਰ ਆਪ ਮਾੜਾ ਮੋਟੀ ਐਵੇਂ ਗੁਜ਼ਾਰਾ ਕਰਦੇ ਰਹੇ, ਕਦੀ ਤੇ ਇੱਥੋਂ ਮੰਗ, ਕਦੀ ਉੱਥੋਂ ਮੰਗ, ਭੈਣ ਭਰਾਵਾਂ ਨੇ ਗਾੜੀ ਹੱਥ ਹੀ ਡਾਉਂਦੇ ਰਹੇ ਹਾਂ। ਉਹ ਵੀ ਨਹੀਂ ਪੈਸੇ ਮੁੜਦੇ ਨਹੀਂ ਮੁੜ ਕੇ, ਤੇ ਕੋਠਿਆਂ ਵੱਲ, ਤੇ ਕੋਠੇ ਤੇ ਹੁਣ ਸਾਡੇ ਜ਼ਿਆਦਾ ਹੀ ਡਿੱਗੇ ਆ ਸਮਝੋ, ਪਤਾ ਨਹੀਂ ਕਿਹੜੇ ਵੇਲੇ ਛੱਤਾਂ ਡਿੱਗ ਪੈਣੀਆਂ। ਕੀ ਮੰਗ ਕੀ ਕਰਦੇ ਹੋ? ਮੰਗ ਕਰਦੇ ਉਹ, ਬੇਨਤੀ ਕਰਦੇ ਆ ਵੀਰਾਂ ਦੇ ਗਾੜੀ, ਵੀ ਸਾਡੀ ਕੋਈ ਮਦਦ ਕਰੇ। ਛੱਤਾਂ ਤੋਂ ਇਲਾਵਾ ਕੋਈ ਹੋਰ ਮੰਗ ਕਰਦੇ ਹੋ ਜਾਂ ਸਿਰਫ ਇਕੱਲੇ ਘਰ ਦੀ ਮੰਗ ਕਰਦੇ ਹੋ? ਘਰ ਹੀ ਪਾ ਕੇ ਦੇ ਦੇਣ, ਇੰਨਾ ਹੀ ਬਹੁਤ ਹੈ? ਉਹ ਚਲੋ ਘਰ ਹੀ ਪਾ ਦੇਣ, ਇੰਨਾ ਹੀ ਬੜੀ ਸੇਵਾ ਛੇ, ਘਰ ਹੀ ਸਾਡਾ ਪਾ ਦੇਣ। ਠੀਕ। ਕੀ ਨਾਂ ਜੀ ਆਪਣਾ? ਜਸਵੰਤ ਸਿੰਘ। ਜਸਵੰਤ ਸਿੰਘ ਜੀ, ਕਿਹੜਾ ਪਿੰਡ ਹੈ ਆਪਣਾ? ਭੁੱਜ ਵਾਲੀ ਜੀ। ਅਤੇ ਜਸਵੰਤ ਸਿੰਘ ਜੀ, ਕੀ ਮੁਸ਼ਕਿਲ ਹੈ ਤੁਹਾਡੇ ਘਰ ਦੇ ਹਾਲਾਤ? ਅਸੀਂ ਦੇਖੇ ਆ ਕਾਫੀ ਮਾੜੇ ਹਾਲਾਤ ਨੇ, ਕਿਉਂ ਇਹਦੇ ਮਾੜੇ ਹਾਲਾਤ ਹੋ ਗਏ, ਕੀ ਕਾਰਨ ਬਣ ਗਏ? ਮੁਸ਼ਕਿਲ ਦੀ, ਮੈਂ ਬਿਮਾਰ ਰਹਿੰਦਾ 5-6 ਸਾਲ ਹੋ ਗਏ ਆ, ਅਤੇ ਪੈਸੇ ਦੀ ਕੋਈ ਜ਼ੋਰ ਨਹੀਂ ਪੈਂਦਾ, ਇਲਾਜ ਨਹੀਂ ਕਰਾ ਰਿਹਾ, ਬੜੀ ਮੁਸ਼ਕਿਲ ਆ। ਬਾਕੀ ਕੋਠੇ ਸਾਡੇ ਡਿੱਗਣ ਵਾਲੇ, ਛੱਤਾਂ ਡਿੱਗਣ ਵਾਲੀਆਂ, ਪਤਾ ਨਹੀਂ ਕਿਹੜੇ ਵੇਲੇ ਡਿੱਗ ਪੈਣੀਆਂ। ਅਤੇ ਹਾਲਾਤ ਇਹੋ ਜਿਹੇ ਹੋ ਕਿਉਂ ਗਏ, ਕੀ ਗੱਲ ਹੋ ਗਈ? ਕੀ ਕੋਈ ਕੁਦਰਤ ਵੱਲੋਂ ਖੇਡਾ, ਬੰਦਾ ਤਾਂ ਸੋਚਦਾ ਵੀ ਮੇਰਾ, ਮੈਂ ਗਾਂਹ ਵਾਂ, ਨਹੀਂ ਗਾਂਹ ਆ ਜਾਂਦਾ, ਬਥੇਰਾ ਹੀਲਾ ਵਸੀਲਾ ਕਰਦੇ, ਨਹੀਂ ਹੋ ਸਕਿਆ। ਮੁੰਡਾ ਵਾ ਉਹ ਅਮਲੀ ਆ, ਸਮੈਕ ਚਿੱਟਾ ਕਰਦਾ ਨਹਾ, ਘਰਦਾ ਜੋ ਸਮਾਨ ਆਉਂਦਾ ਪੈਸਾ ਟਕਾ ਵੇਚ ਕੇ ਖਾ ਜਾਂਦਾ, ਜੋ ਚੀਜ਼ ਆ ਉਹ ਖਾਈ ਪੀ ਜਾਂਦਾ ਵਾ, ਇਹ ਇਕੱਲਾ ਪੈਲੀ ਦਾ ਵਾ, ਉੱਤੇ ਵੀ ਕਰਦਾ ਵਾ, ਅਤੇ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਕਰਨ ਡਿਆ। ਕਦੀ ਕਿਸੇ ਭੈਣ ਭਰਾ ਕੋ ਫੜਦੇ ਹਾਂ, ਕਦੀ ਕਿਸੇ ਕੋ ਫੜਦੇ, ਉਹ ਮੁੜਦਾ ਨਹੀਂ, ਫਿਰ ਉਹ ਪਾਸਾ ਵੜ ਜਾਂਦਾ। ਕੀ ਮੰਗ ਕਰਦੇ ਹੋ? ਸਾਡੀ ਅਪੀਲ ਆ ਵੀ ਸਾਡੀ ਕੋਈ ਸਹਾਇਤਾ ਕਰੇ, ਅਤੇ ਸਾਡੇ ਕੋਠਿਆਂ ਦੀਆਂ ਛੱਤਾਂ ਬਦਲੀਆਂ ਜਾਣ, ਚਲੋ ਜੇ 4 ਦਿਨ ਜਿਹੜੀ ਜ਼ਿੰਦਗੀ ਆ ਸੌਖੀ ਕੱਟ ਲਾਂਗੇ। ਕਿੰਨਾ ਕੁ ਟਾਈਮ ਹੋ ਗਿਆ ਮੁੰਡੇ ਨੂੰ ਨਸ਼ਾ ਕਰਦੇ ਹੋ? ਮੁੰਡੇ ਨੂੰ ਨਹਾ ਕਰਦੇ ਨੂੰ ਤਾਂ 15-16 ਸਾਲ ਹੋ ਗਏ ਆ। ਸਭ ਕੁਝ ਵੇਚਤਾ? ਸਭ ਕੁਝ ਹੀ ਵੇਚਿਆ ਵਾ, ਇਸ ਵੇਲੇ ਤਾਂ ਸਾਈਕਲ ਹੀ ਮੇਰੇ ਕੋਲ ਮਾੜਾ ਪਰਲਾ, ਉਹ ਇੰਨਾ ਅੱਗੇ ਪਿੱਛੇ ਬਾਬੇ ਦੇ ਚੱਲ ਜਾਈਦਾ, ਉਹ ਵੀ ਸਾਈਕਲ ਹੀ ਵੇਚਤਾ, ਕੋਈ ਚੀਜ਼ ਉਹਨੇ ਛੱਡੀ ਨਹੀਂ ਕਰਦੀ। ਇਹਨਾਂ ਹੀ ਵੀਰਾਂ ਨੂੰ ਮੇਰੀ ਬੇਨਤੀ ਆ ਵੀ ਮੇਰੇ ਬਰਸਾਤ ਆਉਣ ਵਾਲੀ ਆ, ਬਰਸਾਤ ਤੋਂ ਪਹਿਲਾਂ ਪਹਿਲਾਂ ਮੇਰਾ ਕੋਈ ਕੋਠਿਆਂ ਦਾ, ਛੱਤਾਂ ਦਾ ਇੰਤਜ਼ਾਮ ਹੋ ਜਾਵੇ, ਅਤੇ ਚਲੋ 4 ਦਿਹਾੜੇ ਜਿਹੜੇ ਸੌਖੇ ਕੱਢ ਲਾਂਗੇ।